ਚੜ ਸਾਹਿਬ ਅੱਜ ਅਸੀਂ ਤੁਹਾਨੂੰ ਸੰਡੇ ਰੋਸਟ ਖਵਾ ਰਹੇ ਹਾਂ। ਸੰਡੇ ਰੋਸਟ ਜੀ, ਸੰਡੇ ਦਾ ਬੜੇ ਬੜੇ ਵੱਡੇ ਹੁੰਦੇ ਨੇ, ਉਹ ਕਿਵੇਂ ਰੋਸਟ ਹੋ ਜਾਂਦੇ ਨੇ। ਸੰਡੇ ਰੋਸਟ ਕਿਸ ਕੋ ਸੰਡਾ ਰੋਸਟ ਕੀਤਾ ਤੁਸੀਂ ਸਾਡੇ ਨਾਲ ਸੰਡੇ? ਤੁਸੀਂ ਬੱਕਰੀਆਂ ਰੋਸਟ ਕਰਕੇ ਲਿਆਂਦਾ, ਸੰਡੇ ਜ਼ਰੂਰ ਲਿਆਣੇ, ਉਹ ਤੇ ਟੇਬਲ ਤੇ ਨਹੀਂ ਪੂਰੇ ਆਣਗੇ। ਬਰਤਾਨੀਆ ਤੇ ਆਇਰਲੈਂਡ ਜਿਹੜੇ ਹੈ ਨਾ, ਇਹਨਾਂ ਦੇ ਵਿੱਚ ਇੱਕ ਮਖਸੂਸ ਡਿਸ਼ ਹੈ ਜਿਹੜੀ ਲੋਕ ਐਤਵਾਰ ਦੀ ਰਾਤ ਨੂੰ ਖਾਂਦੇ ਆ, ਉਹਨੂੰ ਸੰਡੇ ਰੋਸਟ ਕਿਹਾ ਜਾਂਦਾ। ਸੰਡੇ ਰੋਸਟ ਜੀ ਚੌਰੀ ਸਾਹਿਬ। ਵਾਹ ਜੀ ਵਾਹ, ਕਿਆ ਬਾਤ! ਵਾਕਈ ਤਾਂ ਸੰਡਿਆਂ ਦੇ ਖਾਣ ਵਾਲੀ ਸ਼ੈ ਬਣਾਤੀ ਆ। ਆਲੂ, ਗਾਜਰ, ਮਟਰ, ਇਹ ਪਤਾ ਨਹੀਂ ਕੀ ਗੋਲ ਗੋਲ ਆ। ਰਾਣਾ ਸਾਹਿਬ, ਯਾਰਕਸ਼ਾਇਰ ਪੁਡਿੰਗ ਆ। ਯਾਰਕਸ਼ਾਇਰ ਪੁਡਿੰਗ? ਓਹੋ, ਪੁਡਿੰਗ ਜੀ ਚੌਰੀ ਸਾਹਿਬ। ਇਹ ਬੇਕ ਹੋ ਕੇ ਬਣਦੀਆਂ ਹੈ, ਮੈਦਾ, ਅੰਡੇ, ਦੁੱਧ ਵਗੈਰਾ ਪਾ ਕੇ ਅਤੇ ਓਵਨ 'ਚ ਇਹ ਬਣਦੀਆਂ ਹੈ, ਅਤੇ ਇਹਨੂੰ ਰੋਟੀ ਤਰ੍ਹਾਂ ਨਾਲ ਲਾ ਕੇ ਜਿਹੜਾ ਹੈ ਉਹ ਖਾਈਦਾ। ਪੁਡਿੰਗ ਜੀ, ਯਾਨੀ ਕਿ ਉਡਿੰਗ। ਅਤੇ ਰੋਟੀ ਦੇ ਨਾਲ ਅਸੀਂ ਆਲੂ ਅਤੇ ਆ ਗਾਜਰਾਂ ਅਤੇ ਕੀ ਛੋਰਾ ਜਾਂ ਚੌਰੀ ਸਾਹਿਬ, ਇਹ ਓਨੀਅਨ ਸਾਸ ਹੈ, ਗੰਡਿਆਂ ਦੀ ਜਿਹੜੀ ਸਾਸ ਬਣਦੀ ਹੈ, ਚਟਨੀ ਬਣੀ ਹੋਈ ਇਹ ਪਿਆਜ਼ਾਂ ਦੀ ਜੀ। ਇੱਕ, ਦੋ, ਤਿੰਨ, ਚਾਰ, ਪੰਜ, ਛੇ ਸਲਾਦ ਹੋ ਗਿਆ, ਸੱਤਵੀਂ ਇਹ ਹੋ ਗਈ। ਬਾਕੀ ਜੀ ਵੈਸੇ ਹੈ ਖਾਣਾ ਜਿਹੜਾ ਜਿਹੜਾ ਹੈ ਬੜਾ ਤਾਕਤ ਵਾਲਾ, ਕਿਉਂਕਿ ਇਹਦੇ ਵਿੱਚ ਕਾਫੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤਾਕਤ ਵਾਲੀਆਂ ਨੇ। ਯਾਰ ਯਕੀਨ ਮੰਨੋ, ਇਹ ਚੀਜ਼ ਵੀ ਨਵੀਂ ਹੈ ਅਤੇ ਇਹਦਾ ਜ਼ਾਇਕਾ ਵੀ ਨਵਾਂ ਹੈਗਾ, ਅਤੇ ਇੰਝ ਲੱਗਦਾ ਜਿਸ ਤਰ੍ਹਾਂ ਕਿ ਅਸੀਂ ਭਟੂਰੇ ਖਾ ਰਹੇ ਹਾਂ। ਭਟੂਰੇ ਵਰਗਾ ਜ਼ਾਇਕਾ ਹੈਗਾ ਇਹਦਾ। ਸਾਡੇ ਇੱਥੇ ਭਟੂਰੇ ਮਿਲਦੇ ਆ ਨਾ, ਨਾਲ ਚੌਲ ਵੀ, ਆਪਣਾ ਛੋਲੇ ਵੀ ਮਿਲਦੇ ਆ, ਅਤੇ ਬਿਲਕੁਲ ਭਟੂਰੇ ਵਰਗਾ ਜ਼ਾਇਕਾ, ਅਤੇ ਮਾਂਹ 'ਚ ਦਾਲ ਪਾਉਂਦੇ ਨੇ। ਬਾਕੀ ਵੀ ਮੈਨੂੰ ਤਾਂ ਵੈਸੇ ਜੀ ਇਹ ਬਹੁਤ ਮਜ਼ੇਦਾਰ ਲੱਗਦੇ ਨੇ। ਇਹ ਆਲੂ ਮੈਨੂੰ ਲੱਗਦਾ ਉਬਲਿਆ ਨੇ, ਭੁੰਨਿਆ ਜੀ ਚੌਰੀ ਸਾਹਿਬ। ਇਹ ਆਲੂ ਰੋਸਟ ਕੀਤਾ ਹੋਇਆ ਆਲੂ। ਸਰਦੀਆਂ 'ਚ ਅੱਗਾਂ ਲਾਉਣੀਆਂ ਨਾ ਘਰ 'ਚ, ਅੱਗ ਸੇਕਣ ਵਾਸਤੇ ਭਾਈ ਲੱਕੜੀਆਂ ਇਕੱਠੀਆਂ ਕਰਨੀਆਂ ਪੈਂਦੀਆਂ ਸਰਦੀ 'ਚ, ਅਤੇ ਫਿਰ ਭਾਈ ਉਹ ਸਰਦੀ ਦੇ ਫਾਇਦੇ ਅੱਗ ਦੇ ਫਿਰ ਹੋਰ ਵੀ ਲੈ ਲਈਦੇ ਨੇ। ਅਸੀਂ ਪਤਾ ਕੀ ਕਰਨਾ ਜੀ, ਆਲੂ ਲਿਆ ਕੇ ਨਾ ਅੱਗ ਦੇ ਵਿੱਚ ਸੁੱਟ ਦੇਣੇ ਨੇ, ਉਹਨਾਂ ਨੇ ਜਦੋਂ ਪੱਕਣਾ ਨੇ ਯਕੀਨ ਹੋਣਾ ਮੈਨੂੰ ਇਹੋ ਜਿਹੀ ਖੁਸ਼ਬੂ ਆ ਰਹੀ ਦੇ ਵਿੱਚੋਂ, ਜਿਵੇਂ ਮੈਂ ਆਲੂ ਨਾ ਅੱਗ 'ਚ ਪਕਾ ਕੇ ਲਿਆਉਂਦੇ ਨੇ। ਆਲੂ ਜਿਹੜੀ ਹੈ ਬੜੀ ਸਰੀਰ ਜਿਹੀ, ਬੜੀ ਸਾਦਾ ਜਿਹੀ ਸਬਜ਼ੀ ਹੈ। ਦੁਕਾਨਦਾਰਾਂ ਨੂੰ ਗੰਦੇ ਮਿੱਟੀ ਦੇ ਲੱਤੜੇ ਵੀ ਰੱਖ ਦੇਣਗੇ ਨਾ ਟੋਕਰੀ 'ਚ, ਅਤੇ ਵਿਚਾਰੇ ਪੇ ਰਹਿੰਦੇ ਨੇ, ਕਦੀ ਨਹੀਂ ਕਹਿਣਗੇ ਕਿ ਮੈਨੂੰ ਧੋ ਹੀ ਲੈ। ਵਾਹ, ਇਹ ਮਟਰ ਜਿਹੜੇ ਨੇ ਜੀ, ਇਹ ਮੈਨੂੰ ਲੱਗਦਾ ਹੈ ਕਿ ਭਾਫ ਦੇ ਕੇ ਅਤੇ ਤਿਆਰ ਕੀਤੇ ਗਏ ਨੇ, ਬੜੀ ਲੱਜ਼ਤ ਹੈ ਇਹਨਾਂ ਜੀ। ਚਿਕਨ ਵੀ ਚੈੱਕ ਕਰੀਏ ਨਾ, ਸਾਰਾ ਕੁਛ ਚੈੱਕ ਕਰ ਲਿਆ। ਵਾਹ 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 ਵਾਹ, ਗਾਜਰ ਬੜੀ ਮਿੱਠੀ ਆ, ਉਹ ਬੜੀ ਅੱਛੀ ਪੱਕੀ ਹੋਈ ਆ। ਅਤੇ ਬਾਕੀ ਆਲੂ ਅਤੇ ਗਾਜਰਾਂ ਜਿਹੜੀਆਂ ਨੇ, ਇਹ ਮੈਨੂੰ ਲੱਗਦਾ ਰੋਸਟ ਕੀਤੀਆਂ ਨੇ। ਕਿੱਡਾ ਮਜ਼ਾ ਖਾਣਾ, ਯਕੀਨ ਕਰੋ। ਬਾਕੀ ਉਹਨਾਂ ਨੇ ਸਹੀ ਰੱਖਿਆ ਕਿ ਸੰਡੇ ਵਾਲੇ ਦਿਨ ਮਤਲਬ ਵਿਹਲਾ ਹੁੰਦਾ, ਸਾਰੀ ਛੁੱਟੀ ਹੁੰਦੀ ਹੈ, ਅਤੇ ਉੱਤੋਂ ਘਰ ਬਹਿ ਕੇ ਇਹੋ ਜਿਹੀ ਡਿਸ਼ ਘਰ 'ਚ ਲੋਕ ਖਾਂਦੇ ਨੇ ਕਿ ਹੋਟਲਾਂ 'ਤੇ ਵੀ ਮਿਲਦੀ ਉਹਨਾਂ ਨੂੰ? ਚੌਰੀ ਸਾਹਿਬ, ਘਰ 'ਚ ਲੋਕ ਖਾਂਦੇ, ਇਹਨੂੰ ਬਣਾਉਂਦੇ, ਘਰ ਖਾਂਦੇ। ਕਿਆ ਬਾਤ ਯਾਰ, ਸਭ ਵਧੀਆ ਖਾਣਾ। ਹਮ,
मटर भी बड़े जबरदस्त पे ने। ਐਤਵਾਰ ਨੂੰ ਮੈਨੂੰ ਅੱਜ ਪਤਾ ਲੱਗ ਗਿਆ ਕਿ ਉਹ ਖਾਂਦੇ ਡਿਸ਼ ਨੂੰ, ਕਿਉਂਕਿ ਸਾਰੇ ਹਫ਼ਤੇ ਦੀ ਥਕਾਵਟ ਜਿਹੜੀ ਨੇ ਐਤਵਾਰ ਵਾਲੀ ਜੋ ਡਿਸ਼ ਖਾਂਦੇ ਨੇ ਨਾ, ਇੰਝ ਭਾਜੀ ਸਕੂਨ ਇੰਨਾ ਪੈਂਦਾ ਉਹਨੂੰ, ਡਿਸ਼ ਖਾ ਕੇ ਇੰਝ ਸਕੂਨ ਨਾਲ ਖਾ ਕੇ ਰਾਤ ਨੂੰ ਅਤੇ ਲੰਬੇ ਪੈਂਦਾ ਅਤੇ ਅਗਲੇ ਹਫ਼ਤੇ ਤੱਕ ਉਹਨੂੰ ਪਰਵਾਹ ਹੀ ਨਹੀਂ ਹੁੰਦੀ। ਜਦੋਂ ਆਉਂਦਾ ਨਾ ਸੰਡੇ ਤਾਂ ਫਿਰ ਉਹਦਾ ਦਿਲ ਕਰਦਾ ਖਾਵਾਂ ਮੈਂ ਡੰਡੇ, ਇਹ ਜਿਹੜੇ ਪੇ ਨੇ ਦੂਸਰੇ ਨਹੀਂ। ਸੰਡੇ ਕਹਿੰਦੇ ਨੇ ਐਤਵਾਰ ਨੂੰ, ਅਤੇ ਐਤਵਾਰ ਵਾਲੇ ਦਿਨ ਉਹ ਫਿਰ ਫੈਂਸੀ ਚੀਜ਼ਾਂ ਖਾਂਦੇ ਆ, ਉਹਨਾਂ ਦੀ ਛੁੱਟੀ ਦਾ ਦਿਨ ਹੁੰਦਾ, ਯਾਸ਼ੀ ਮਾਰਦੇ ਆ, ਕਹਿੰਦੇ ਯਾਰ ਸਾਡੇ ਯਾਸ਼ੀ ਦਾ ਦਿਨ ਹੈਗਾ, ਯਾਸ਼ੀ ਮਾਰੀਏ। ਇਹ ਜਨਾਬ ਬਿਲਕੁਲ ਇਸ ਤਰ੍ਹਾਂ ਹੀ ਹੈਗੇ ਜੀ, ਜਿਸ ਤਰ੍ਹਾਂ ਉਹ ਕੇਕ ਟੈਪ ਮਸਾਲਾ ਨਹੀਂ ਹੁੰਦਾ, ਬੜੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਪੈ ਕੇ ਅਤੇ ਫਿਰ ਇਹੋ ਜਿਹੀ ਇਹ ਚੀਜ਼ ਬਣਦੀ ਹੈ। ਜਿਹੜਾ ਕੱਪ ਕੇਕ ਨਾ ਭਾਜੀ, ਇਹਨੂੰ ਚਟਨੀ ਨਾਲ ਖਾ ਕੇ ਵੇਖਦੇ ਇਹਦੇ ਨਾਲ ਕੀ ਮਜ਼ਾ ਇਹਦੇ ਨਾਲ ਆਉਂਦਾ ਖਾ ਕੇ, ਅਤੇ ਦੇਖ ਚੈੱਕ ਤਾਂ ਕਰੀਏ ਇਹਨੂੰ ਕੀ ਬਣਾਇਆ ਇਹਨਾਂ ਨੇ। ਵਾਹ ਕੀ ਖੁਸ਼ਬੂਆਂ ਆ ਰਹੀਆਂ ਪਿਆਜ਼ ਦੀਆਂ ਯਾਰ, ਚਟਨੀ ਐਸੀ ਮਜ਼ੇਦਾਰ ਬਣਾਤੀ ਤੁਸੀਂ ਪਿਆਜ਼ ਦੀ, ਤਾਂ ਪਰੇਸ਼ਾਨ ਹੀ ਹੋ ਗਿਆ ਬੰਦਾ। ਬੜੇ ਬੜੇ ਖਾਣੇ ਖਾਧੇ ਆ, ਪਰ ਇਹੋ ਜਿਹਾ ਰੋਸਟ ਹੋਇਆ ਮੁਰਗਾ ਮੈਂ ਨਹੀਂ ਖਾਧਾ ਅੱਜ ਤੱਕ। ਬਾਕੀ ਬੜੀ ਗੱਲ ਹੈ ਜੀ, ਯਕੀਨ ਜਾਣੋ ਕਿ ਕੀ ਮਜ਼ੇਦਾਰ ਜ਼ੈਕਾ ਆਇਆ ਜੇ। ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਨਾ ਫਿਰ ਚਮਚੇ ਦੇ ਨਾਲ ਮਟਰ ਵੀ ਇੰਝ ਖਾ ਸਕਦੇ ਹੋ। ਕਿਆ ਬਾਤ ਹੈ ਜੀ, ਯਕੀਨ ਜਾਣੋ ਵਿੱਚੇ ਮਟਰ, ਵਿੱਚੇ ਗੋਭੀ, ਵਿੱਚੇ ਆਲੂ, ਵਿੱਚੇ ਹੀ ਬੇਕਰੀ ਦਾ ਸਮਾਨ ਆਏ ਹਾਏ ਹਾਏ ਹਾਏ, ਰੋਸਟ ਵੀ ਨਾਲ, ਇੰਨੇ ਖਾਣੇ ਦੇਖ ਕੇ ਤਾਂ ਬੰਦਾ ਬਦੋ ਬਦੀ ਰੱਜ ਜਾਂਦਾ। ਤੁਸੀਂ ਮਟਰ ਬੜੇ ਖਾਧੇ ਨੇ, ਲੇਕਿਨ ਚਾਵਲਾਂ 'ਚ ਪਾ ਕੇ ਸਾਲਨ ਮਟਰ, ਆਲੂ ਮਟਰ, ਮਟਰ ਹੰਡੀ 'ਚ ਪਕਾ ਕੇ ਖਾਧੇ, ਪਹਿਲੀ ਦਫ਼ਾ ਉਬਲੀ ਮਟਰ, ਸਵਾਦ ਹੀ ਬੜਾ ਆ ਰਿਹਾ ਯਕੀਨ ਕਰੋ ਮਟਰ ਉਬਲੇ ਖਾਣ ਦਾ। ਮੈਂ ਤਾਂ ਹੁਣ ਅੱਗੇ ਤਾਂ ਘਰ ਹੀ ਭਾਈ ਸਾਰੀਆਂ ਚੀਜ਼ਾਂ ਉਬਾਲ ਕੇ ਇੰਝ ਹੀ ਖਾਇਆ ਕਰਨੀਆਂ। ਉਹੀ ਜਿੰਨਾ ਕੁ ਸਮਾਨ ਇਹਨਾਂ ਨੇ ਡਿਨਰ ਦੇ ਵਿੱਚ ਬਣਾ ਦਿੱਤਾ ਨਾ, ਇੰਝ ਲੱਗਦਾ ਲੰਚ ਦੇ ਵਿੱਚ ਵੀ ਲੰਚ 'ਚ ਕੀ ਕਰਦੇ ਹੋਣਗੇ। ਗੋਸ਼ਤ ਜਦੋਂ ਖਾਵੋ ਨਾ, ਜੇ ਤੁਹਾਡੇ ਕੋਲ ਹੋਵੇ ਨਾ ਇੰਝ ਸਬਜ਼ੀਆਂ ਸੁਬਜ਼ੀਆਂ, ਤਾਂ ਯਕੀਨ ਜਾਣੋ ਗੋਸ਼ਤ ਨੂੰ ਹਮੇਸ਼ਾ ਥੋੜ੍ਹਾ ਖਾਓ, ਕਿਉਂਕਿ ਗੋਸ਼ਤ ਖਾਣਾ ਕੋਈ ਬਹਾਦਰੀ ਨਹੀਂ ਹੈਗੀ। ਤੁਸੀਂ ਜ਼ਿਆਦਾ ਮੁਰਗਾ ਖਾਓਗੇ ਨਾ, ਤਾਂ ਯਕੀਨ ਜਾਣੋ ਸਾਰੀ ਦਿਹਾੜੀ ਬਾਂਗਾ ਹੀ ਦਿੰਦੇ ਰਹੋਗੇ, ਅਤੇ ਜੇ ਕਿਤੇ ਬੱਕਰਾ ਖਾਓਗੇ ਤਾਂ ਬੈ ਬੈ ਹੀ ਕਰਦੇ ਰਹੋਗੇ, ਜੇ ਕਿਤੇ ਮੱਝ ਕੱਟਾ ਖਾ ਲਿਆ ਤਾਂ ਫਿਰ ਤੁਹਾਡਾ ਵੀ ਹਾਲ ਉਹ ਹੀ ਹੋਏਗਾ ਜੋ ਮੱਝ ਕੱਟੇ ਦਾ ਹੁੰਦਾ। ਤੁਹਾਡਾ ਵਾਰ ਵਾਰ ਮੈਂ ਇਹਨੂੰ ਕਿ ਖਾਈ ਜਾ ਰਿਹਾ, ਉਹ ਭੈਣੇ ਮੁਰਗਾ ਤਾਂ ਮੈਨੂੰ ਚੰਗਾ ਨਹੀਂ ਲੱਗ ਰਿਹਾ, ਮੈਨੂੰ ਜਿੰਨਾ ਮਜ਼ਾ ਇਸ ਆਲੂ ਦਾ ਆ ਰਿਹਾ ਤੁਹਾਨੂੰ ਮੈਂ ਕੀ ਦੱਸਾਂ ਯਾਰ, ਇਹ ਮੁਰਗੇ ਤੋਂ ਵੱਧ ਰੋਸਟ ਦਾ ਮਜ਼ਾ ਆ ਰਿਹਾ, ਆਲੂ ਰੋਸਟ ਹੋਇਆ, ਆਲੂ ਐਸਾ ਭੁੰਨਿਆ, ਕਿਆ ਮਜ਼ੇ ਆ ਰਹੇ ਨੇ ਵਿੱਚ, ਕਿਆ ਬਾਤਾਂ ਨੇ ਯਾਰ। ਵਾਹ, ਹਰ ਚੀਜ਼ ਦਾ ਆਪਣਾ ਆਪਣਾ ਇੱਕ ਜ਼ਾਇਕਾ ਹੈ, ਮਟਰ ਤਾਂ ਕਮਾਲ ਜ਼ਾਇਕਾ ਹੈ, ਮਟਰ ਨੂੰ ਬਾਇਲ ਕੀਤਾ ਹੋਇਆ। ਦੇਖੋ ਨਾ ਉਹਨੇ ਇਹਦਾ ਨਾਂ ਹੈ ਸੰਡੇ ਰੋਸਟ, ਮੈਂ ਪਹਿਲੇ ਇਹ ਸਮਝਿਆ ਸਾ, ਮੈਂ ਘਰ ਸੰਡੇ ਨੂੰ ਕਿਤੇ ਲੰਮਿਆਂ ਪਾ ਕੇ ਰੋਸਟ ਕੀਤਾ ਨੇ, ਉਹ ਬਾਅਦ ਚੋਂ ਪਤਾ ਚੱਲਿਆ ਕਿ ਐਤਵਾਰ ਨੂੰ ਸੰਡੇ ਕਹਿੰਦੇ ਨੇ। ਜੋ ਜੇ ਸਾਰੀਆਂ ਚੀਜ਼ਾਂ ਖਾਣ ਤੋਂ ਬਾਅਦ ਨਾ, ਖਾਣਾ ਖਾਣ ਤੋਂ ਬਾਅਦ ਕਹਿੰਦੇ ਮਿੱਠੀ ਚੀਜ਼ ਹੋਣੀ ਚਾਹੀਦੀ, ਲੇਕਿਨ ਇਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਮਿੱਠੀ ਚੀਜ਼ ਵਿੱਚ ਹੀ ਮੌਜੂਦ ਹੈਗੀ ਹੈ। ਗਾਜਰ ਬੜੀ ਮਿੱਠੀ ਆ ਰਹੀ ਯਾਰ, ਕਿਆ ਮਿਠਾਸ ਹੈਗੀ ਇਹਦੇ ਵਿੱਚ, ਤੇ ਚਰਗੇ ਤੇ ਕਿਆ ਬਾਤ ਹੈ ਯਾਰ, ਇਹ ਤੇ ਰੋਸਟ ਹੋਇਆ ਹੈ ਇੰਨਾ ਜ਼ਬਰਦਸਤ, ਮੈਂ ਕਹਿੰਦਾ ਵਾਹ ਵਾਹ, ਸਾਰੀਆਂ ਚੀਜ਼ਾਂ ਭੁਲਾ ਦਿੰਦਾ ਹੈ, ਜ਼ਬਾਨ ਦਾ ਜ਼ਾਇਕਾ ਚੇਂਜ ਕਰਨਾ ਹੋਵੇ ਤਾਂ ਥੋੜ੍ਹਾ ਜਿਹਾ ਬੰਦਾ ਇਹਨੂੰ ਖਾ ਲਵੇ। ਅਤੇ
जिन्ना क्या यकीन जानो सौदा है ना, मेरा ख्याल है संडे मंडे ते ट्यूसडे विच ही गुजर जावे। चैनल नू सब्सक्राइब करो, बैल आइकन दबाओ, अपने दोस्तों नाल शेयर करो, अपनी सेहत का ख्याल रखो, अच्छे अच्छे होर डंडे रोस्ट खाओ तो भावे मंडे रोस्ट खाओ, तो सानू तो इजाजत देवो, फिर तुहानू मुलाकात होगी। अल्लाह हाफिज़।